بسم الله الرحمن الرحيم. بسم الله الرحمن الرحيم. مولائے کائنات تہاڈا ٹور آیا اس پاک دربار چ منظور تے قبول فرماوے. تساں وستے رہو اج میں تہن انہاں دی شہادت سناونی ہے جہن دی آس تے زینب جئی بہن وطن چھوڑ کے ٹر گئی. حسین دی فوج تے جرنائل نعرہ تکبیر نعرہ رسالت نعرہ حیدری بآواز بلند صلوات باللہ من الشیطان اللعین الرجیم. بسم اللہ الرحمن الرحیم. صلوات الحمد لله رب العالمين والعاقبة للمتقين والجنة للمؤمنين والنار للكافرين والمنافقين بشمار لعنت. الصلاه والسلام على من كان نبيا وادم بين الماء والطين. صلوات سید سکلین آشم سل مشرقین والمغربین جد الحسن والحسین اب القاسم محمد المصطفی نبی دی ذات صلوات پڑھو. کافی مجمع ہے سارے مل کے اونچی صلوات پڑھو. برمہائن ضربات تو علیہ فیاؤ الخندہ کے افضل من عبادت سکلین والد سبتین علیہ
ਦਰਸ਼ਨ ਵਾਲੋ ਸੈਨ ਨਾਰਾਇਣ ਹੈਦਰੀ ਅਸਲਾਮ ਵਾਲਾ ਸੈਯਦਤ ਜਲੀਲਤ ਮਖਦੂਮਤ ਮਹਿਰੂਮਤ ਅਨਮੀਰਾ ਸਿਆਬੀਆ ਸੈਯਦਤ ਨਿਸਾਇਲ ਆਲਮੀ ਲਓ ਵਾਸਲਮਤ سیدت نجف کن ٹر آیا بچڑا سیدت نجف کن ٹر آیا بچڑا تیڈ جنگ دا منصف تھی کے ਮੈਂ ਵੀ ਬਹੁ ਜੰਗ ਕੀਤੇ ਹੈ ਬੱਲਾ ਕੀਰਤਨ ਪਾਣੀ ਪੀ ਕੇ ਸਯਾ ਦਾਦਾ ਵੱਦਾ ਤੱਛਾ ਵੀ ਮਰੀ ਦੇ ਕਧੀਆਂ ਤੇ ਦਰਿਆ ਇੱਥੋਂ ਬਹੁ ਨਜ਼ਦੀਕ ਮੈਂ ਦਿਲ ਆਪਣੇ ਵਿੱਚ ਵਜ਼ਨ ਕੀਤਾ ਏ ਤੇਰੇ ਜੰਗ ਦਾ ਵਜ਼ਨ ਵਧੀਕ ਗਾਜ਼ੀਆ ਦਾ ਆਲੂਰ ਤੇ ਮੈਂ ਜੰਗ ਦੇ ਬਾਬਾ ਹੇ ਫਰਕ ਜ਼ਮੀਂ ਅਸਮਾਨ ਦਾ ਤੜੀਆਂ ਮਦੀਆਂ ਰਕਾਬ ਨਪੇ ਜਦਾ ਤੂੰ ਗੋੜੇ ਤੂੰ ਲਹਦਾ ਗਾਦੀਆ ਦੇ ਵੀ ਵਿੱਚ ਜੰਗਾਂ ਦੇ ਬਾਬਾ ਜ਼ਾਈ ਨਾ ਵੀ ਫਿਕਰ ਕਾਈ ਹਰਮਾਂ ਦਾ ਮੇਰੇ ਨਾਲ ਹਜ਼ੂਰ ਦੀਆਂ ਧੀਆਂ ਇਹ ਦਰਦ ਜਿਗਰ ਕੋ ਗਾਲੀਆਂ ਦੇ ਵੀ ਵਿੱਚ ਜੰਗਾਂ ਦੇ ਬਾਬਾ ਜ਼ਾਈ ਨਾ ਵੀ ਫਿਕਰ ਕਾਈ ਹਰਮਾਂ ਦਾ ਮੇਰੇ ਨਾਲ ਹਜ਼ੂਰ ਦੀਆਂ ਧੀਆਂ ਆ ਦਰਦ ਜਿਗਰ ਕੋ ਖਾਦਾ ਦਾਵੀ ਦੜੀ ਐਨ ਦੁਪਾਰਾ ਤਿਆਰ ਫਜ਼ਲ ਦੀ ਮਾਂ ਫਜ਼ਲ ਕੁਝ ਝੋਲੀਏ ਚ ਮਿਲਾ ਕੇ ਪੇਸ਼ਾਨੀ ਚੌਮਕਿਆ ਦੀ ਬੈਠੀ ਫਜ਼ਲ ਬਚੜਾ ਵੰਝ ਭਾਵੇਂ ਬਾਬੇ ਦੇ ਦੁਸ਼ਮਣ ਕੋਲੋਂ ਪੁੱਛਣਾ ਪਵੀ ਨਜਫ ਦਰਾ ਪੁੱਛਾ ਅੱਬਾਸ ਸਰਦਾਰ ਆਪਣੇ ਸਰਦਾਰ ਹੁਸੈਨ ਦਾ ਹੁਕਮ ਮੰਨ ਕੇ ਖੈਮੇ ਚ ਆਏ ਆਪਣੇ ਖੈਮੇ ਦੇ ਦਰ ਤੋਂ ਗੁਜ਼ਰਦੇ ਪਏ ਆਏ ਜੋ ਅੱਬਾਸ ਦੇ ਕੰਨਾਂ 'ਤੇ ਆਵਾਜ਼ ਆਈਏ ਫਜ਼ਲ ਵੰਝ ਭਾਵੇਂ ਬਾਬੇ ਦੇ ਦੁਸ਼ਮਣਾਂ ਕੋਲੋਂ ਪੁੱਛਣਾ ਪਵੀ ਨਜਫ ਦਰਾ ਪੁੱਛਾ ਅੱਬਾਸ ਵੰਝਣਾ ਤਾਂ ਅੱਗਾਂ 'ਤੇ ਆਈ ਅੱਗਾਂ ਦੇ ਬਜਾਏ ਪਿੱਛਾਂ 'ਤੇ ਵੱਲੇ ਅੱਬਾਸ ਆਪਣੇ ਖੈਮੇ 'ਚ ਦਾਖਿਲ ਹੋਇਆ ਹੈ ਅੱਬਾਸ ਡਿੱਠਾ ਹੈ ਤਾਂ ਫਜ਼ਲ ਮਾਂ ਦੀ ਝੋਲੀ ਝੂਠੀਂਦਾ ਪਿਆਈ ਅੱਬਾਸ ਦਾ ਫਜ਼ਲ ਤੁਹਾਡੀ ਮਾਂ ਦਾ ਹੁਕਮ ਤੁਹਾਡੇ ਉੱਤੇ ਵਾਜਿਬ ਹੈ ਕਿਉਂਕਿ ਤੁਹਾਡੀ ਮਾਂ ਹੈ ਮੈਂ ਤੁਹਾਡਾ ਬਾਬਾ ਦੋ ਮਿੰਟ ਰੁਕ ਵੰਝ ਪਹਿਲੇ ਮੈਂ ਤੁਹਾਡੀ ਮਾਂ ਤੋਂ ਪੁੱਛਦਾ ਮੇਰੀ ਜ਼ਿੰਦਗੀ 'ਚ ਕੋ ਨਜਫ ਦੇ ਰਾਹ ਦੀ ਕਿਹੜੀ ਲੋੜ ਬਣ ਗਈ ਹੈ ਮੇਰੀ ਸੈਣ ਦੀ ਸੱਚ ਦੱਸਾਂ ਅੱਬਾਸ ਤੂੰ ਜੀਂਦਾ ਹੈ
ਅੱਬਾ ਸਾਦਾ ਟੁਰਦਾ ਆਇਆ ਤੁਹਾਡੇ ਸਾਹਮਣੇ ਖੜਾ, ਤੈਨੂੰ ਮੈਂ ਜ਼ਿੰਦਾ ਮਲੂਮ ਨਹੀਂ ਹੁੰਦਾ ਪਿਆ, ਮੇਰੀ ਸੈਣਾ ਦੀ ਅੱਬਾਸ ਤੁਹਾਡੀ ਜ਼ਿੰਦਗੀ ਦੀ ਅਲਾਮਤ ਤੁਰਨ ਫਿਰਨ ਖੜੋ ਨਹੀਂ, ਤੁਹਾਡੀ ਜ਼ਿੰਦਗੀ ਦੀ ਅਲਾਮਤ ਜ਼ਹਰਾ ਦੀ ਔਲਾਦ ਸੁੱਖ, ਮੇਰੀ ਸੈਣਾ ਦੀ ਤੂੰ ਵੀ ਜੀਂਦੋ ਹੋਵੇ ਤੇ ਜ਼ਹਰਾ ਦੀ ਔਲਾਦ ਅਮਨ ਚ ਨਾ ਹੋਵੇ, ਚੀਤੇ ਮੇਰੇ ਮਰਾ ਬਵੇ। ਸਕੀਨਾ ਦੇ ਹੱਥ ਰੁਕ ਗਏ, ਰੁਕੇ ਨਹੀਂ ਕੰਬਣ ਲੱਗ ਗਏ, ਜਿਵੇਂ ਕਦਮਾਂ ਤੇ ਸੁੱਤਾ ਪਿਆਈ ਉੱਤਾਂ ਤੇ ਦੇਖ ਕੇ ਦੇ ਸਰਦਾਰ ਇੱਕ ਫੈਸਲਾ ਧੀ ਨਾਲ ਕੀਤਾ ਹੀ, ਹੁਣ ਇੱਕ ਨੌਕਰ ਨਾਲ ਹੀ ਕਰ, ਹੁਸੈਨ ਦਾ ਹੁਕਮ ਕਰ। ਮੈਡਾ ਅੱਬਾਸ ਦਾ ਮੈਡਾ ਇਮਾਮ ਕਿਤਨੇ ਸਾਲ ਦਾ ਐਮ ਜੋ ਤੁਹਾਡਾ ਨੌਕਰ ਸਡਾਵਣ ਲੱਗਾ, ਹੁਸੈਨ ਦਾ 4 ਸਾਲ ਦਾ, ਅੱਬਾਸ ਦਾ ਕਿਤਨੇ ਸਾਲ ਨੌਕਰ ਸਡਾਇਮ, ਹੁਸੈਨ ਦਾ 28 ਸਾਲ, ਅੱਬਾਸ ਦਾ 28 ਸਾਲ ਦੇ ਅਰਸੇ ਦੇ ਵਿੱਚ ਕਦਾ ਤੁਹਾਡੇ ਨੌਕਰ ਤੁਹਾਡੇ ਕੋਲ ਕੁਝ ਮੰਗਾ ਹੈ? ਹੁਸੈਨ ਦਾ ਮੈਂ ਤਾਂ ਸਿੱਖਦਾ ਰਹੀ ਹਾਂ ਜੋ ਉਮਲ ਬਣੀ ਦਾ ਚੰਨ ਕੁਝ ਮੰਗੇ ਤੇ ਮੈਂ ਦੇਵਾਂ। ਅੱਬਾਸ ਦਾ ਅੱਜ ਮੰਗਦਾ ਖਾਲੀ ਤੈਨਾਂ ਵਾਲੇ ਸੇ, ਹੁਸੈਨ ਦਾ ਮੰਗ ਭਾਵੇਂ ਅਕਬਰ ਟੁਰ ਗਿਆ, ਮੈਂ ਕੈਨਾਤ ਦੇ ਅਮੀਰ ਅਲੀ ਦਾ ਪੁੱਤਰਾ। ਅੱਬਾਸ ਹੋਰ ਕੁਝ ਨਾ ਮੰਗਦਾ, ਮੰਗਦਾ ਹੀ ਉਹ ਕੁਝ ਆ ਯਦੀਦ ਆਖੇ ਮੈਂ ਕੋ ਮੈਦਾਨ ਵੰਜਣ ਦੇ, ਯਦੁਆ ਮੰਗ ਜਿੱਥਾ ਮੈਂ ਸਾਰੇ ਮੈਂ ਇੱਥਾ ਹੀ ਮਰ ਵੰਜਾ, ਨਾ ਮੈਂ ਜੀਂਦਾ ਹੋਵਾ ਨਾ ਮੈਂ ਤੇਰੀ ਧੀ ਦਾ ਖਾਲੀ ਜਾਮ ਦੇਖ। ਸਯਦ ਦੇ ਅੱਬਾਸ ਤੈ ਕੋ ਮੈਂ ਨਹੀਂ ਤੋਰਨਾ, ਜੇ ਕੋ ਮੈਂ ਤੋਰਨਾ ਹੀ ਤੋਰ ਛੋੜੇ, ਮੈਂ ਅਕਬਰ ਕੋ ਟੋਰਨਾ ਹੀ ਟੋਰ ਛੋੜਾ, ਮੈਂ ਕਾਸਿਮ ਕੋ ਟੋਰਨਾ ਹੀ ਟੋਰ ਛੋੜਾ, ਮੈਂ ਜੌਨ ਹਬੀਬ ਕੋ ਟੋਰ ਛੋੜਾ, ਤੈ ਕੋ ਮੈਂ ਨਹੀਂ ਟੋਰਨਾ। ਅੱਬਾਸ ਦਾ ਮੈਂ ਕੋ ਕਹਿ ਟੋਰਨਾ ਹੈ, ਹੁਸੈਨ ਦਾ ਤੈ ਕੋ ਊਂ ਟੋਰਨਾ ਹੈ, ਜੇ ਆਪਣੀ ਉਂਗਲ ਦੇ ਨਾਲ ਤੈ ਕੋ ਟੁਰਨ ਦੀ ਡਾਹ ਸਿਖਾਈਏ, ਤੈ ਕੋ ਊਂ ਟੋਰਨਾ ਹੈ, ਜੇ ਆਪਣੇ ਦੁਪੱਟੇ ਦੇ ਨਾਲ ਤੈ ਕੋ ਅਮਾਮੇ ਬਣਨ ਦਾ ਵੱਲ ਸਿਖਾਏ। ਉੱਤੋਂ ਮੇਰੀ ਸੈਣ ਆਈਏ ਬੀਬੀ ਅਦੀ ਹੁਸੈਨ ਸੱਚ ਦੱਸਾ, ਅੱਬਾਸ ਕੋ ਮੈਂ ਤੁਰਨਾ ਹੈ, ਸਯਦ ਦਾ ਬੇੜ ਤੈ ਤੁਰਨਾ ਹੈ, ਬੀਬੀ ਅਦੀ ਮੈਂ ਤੁਰਨਾ ਹੈ, ਤਾਂ ਮੈਨੇ ਵੀਰਾ ਕੋ ਏਡਾ ਔਖਾ ਕਿਉਂ ਸਮਾਂ ਆਈ? ਬੀਬੀ ਅਦੀ ਉੱਠੀ ਅੱਬਾਸ ਤੈ ਕੋ ਤੁਰੇਂ ਦੀ ਵੀ ਆ, ਤੁਹਾਡੇ ਹੱਕ 'ਚ ਦੁਆ ਵੀ ਕਰੇਂਦੀ ਆ। ਬੀਬੀ ਅਦੀ ਤੁਰਦਾ ਹੀ ਜੁਲ ਤੇ ਦੱਸੇਂਦਾ ਹੀ ਜੁਲ, ਤੈ ਕੋ ਤਾਂ ਮੈਂ ਤੁਰਨਾ ਹੈ, ਤੁਹਾਡੇ ਸ਼ਹਿਰ 'ਚ ਮੈਂ ਕੋ ਕਹਿ ਤੁਰਨਾ ਹੈ, ਉਹ ਮੈਂ ਤੁਹਾਡੀ ਪਰਦੇਦਾਰ ਭੇੜਾ ਕੋਈ ਸ਼ਾਮ ਸੁਣੀ ਦੀ ਇਜਾਜ਼ਤ ਦੇਨੀ ਆ, ਲੇਕਿਨ ਅੱਬਾਸ ਇੱਕ ਭੇਣ ਦੀ ਅਸਰਤ ਪੂਰੀ ਕਰ। ਬਾਬੇ ਵਾਂਗੂ ਸ਼ਾਹ ਸਵਾਰੇ ਇੱਕ ਵਾਰੀ ਘੋੜੇ ਤੇ ਸਵਾਰ ਹੋ ਕਿਆ, ਘੋੜਾ ਖਿਆਮ ਚ ਤੋਰ, ਜਿੰਨਾ ਬੀਬੀਆਂ ਬਾਬੇ ਕੁਨਾਈ ਡਿੱਠੋ ਆ ਅੱਜ ਡੇਗ ਗਿੰਨੇ ਨੇ। ਹੁਸੈਨ ਦੀ ਫੌਜ ਦਾ ਜਰਨੈਲ ਟੁਰੇ 6ਵੀਂ ਕਨਾਤ ਦੇ ਬਾਹਰੋਂ ਤੇ 7ਵੀਂ ਕਨਾਤ ਦੇ ਅੰਦਰੋਂ, 6ਵੀਂ ਕਨਾਤ ਦੀ ਚੋਬ ਦੇ ਨਾਲ ਹੁਸੈਨ ਦੇ ਫੌਜ ਦੇ ਜਰਨੈਲ ਘੋੜੇ ਦੀ ਰੱਸੀ ਬੱਧੀਏ, ਆਪ ਘੋੜੇ ਤੇ ਜ਼ੀਨ ਰੱਖੀਸ ਤੰਗ ਛਿੱਕਸ, ਅੱਗੇ ਜਦੋਂ ਸਵਾਰ ਹੋਇਆ ਕਿਨੂੰ ਅੱਬਾਸ ਕਿਨੂੰ ਅਕਬਰ ਆਉਂਦਾ ਈ, ਕਿਨੂੰ ਕਾਸਿਮ ਆਉਂਦਾ ਈ, ਕਿਨੂੰ ਆਉਣੇ ਮੁਹੰਮਦ ਆਉਂਦੇ ਹਨ, ਅੱਜ ਚੜਾਵਣ ਵਾਲਾ ਕੋਈ ਨਹੀਂ। ਵਤ ਹੱਕਲ ਮਾਰਿਸ ਕਿਨ ਗਏ ਮੇਰੇ ਚੜਾਵਣ ਵਾਲੇ, ਇਹ ਜਾਣਦੇ ਹੋ ਸ਼ਹੀਦ ਜ਼ਿੰਦਾ ਹੁੰਦੇ ਕਾਸਿਮ ਦੀ ਮਾਂ ਕਾਸਿਮ ਦੇ ਟੁਕੜਿਆਂ ਦੀ ਹਿਫਾਜ਼ਤ ਬੈਠੀ ਕਰੇਂਦੀ ਆਈ, ਜਲਦੀ ਦੇ ਨਾਲ ਘੋੜੇ ਦੀ ਵਾਗ ਚ ਹੱਥ ਰੱਖ ਕੇ ਅਦੀਏ ਚਾੜਾ ਕਾਸਿਮ ਦਾ ਉਸਤਾਦ, ਅੱਬਾਸ ਦਾ ਤੂੰ ਕੌਣ ਏ? ਬੀਵੀ ਅਦੀਏ ਨੀਵੀ ਸੁਝਾਤਾ, ਮੈਂ ਤੇਰੀ ਬੇਵਾ ਭਰਜਾਈ ਆ,
ਅੱਬਾਸ ਦਾ ਅੰਮਾ ਭਰਜਾਈ ਤੈਕੂ ਤਾਂ ਨਹੀਂ ਛੱਡਾ ਮੇਰੀ ਸੈਣਾ ਦੀ ਮੈਂ ਖੈਮੇ ਦੇ ਵਿੱਚ ਕਾਸਿਮ ਦੇ ਟੁਕੜਿਆਂ ਦੀ ਹਿਫਾਜ਼ਤ ਪਈ ਕਰੇਂਦੀ ਐ ਜਿਹੜੇ ਵੇਲੇ ਤੈਂ ਹੱਕਲ ਮਾਰੀਏ ਕਿਨ ਗਏ ਮੇਰੇ ਚੜਾਵਣ ਵਾਲੇ ਕੋਈ ਟੁਕੜਾ ਕਾਸਿਮ ਦਾ ਕਿੱਥੋਂ ਜ਼ਮੀਨ ਤੋਂ ਉੱਠਾ ਕੋਈ ਟੁਕੜਾ ਕਿੱਥੋਂ ਉੱਠਾ ਹਰ ਟੁਕੜੇ ਚ ਆਵਾਜ਼ ਆਈ ਅੰਮਾ ਜਲਦੀ ਵਜ ਮੇਰੇ ਚਾਚੇ ਨੂੰ ਸਵਾਰ ਕਰ ਉਹ ਮੇਰਾ ਉਸਤਾਦ ਸਵਾਰ ਨਹੀਂ ਵੀ ਆਉਂਦਾ ਘੋੜੇ ਤੇ ਸਵਾਰ ਹੋਇਆ ਏ ਘੋੜਾ ਖਿਆਮ ਵਿੱਚ ਆਇਆ ਏ ਮਲਕੇ ਸ਼ਾਮ ਅਲੀ ਬਾਬੇ ਦੀ ਤਸਵੀਰ ਵਿਰਾ ਦੇ ਘੋੜੇ ਦੀ ਵਾਗ ਪਕੜੀਏ ਤੇ ਹੱਕਲ ਮਾਰਿਸ਼ ਉਹ ਕਰਬਲਾ ਦੇ ਮੈਦਾਨ ਵਾਲੀਆਂ ਸਯਾਦਾਦੀਆਂ ਜਿਨ੍ਹਾਂ ਮੇਰੇ ਬਾਬੇ ਕੋ ਨਹੀਂ ਡਿੱਠਾ ਦੇਖ ਗਿਨੋ ਮੇਰਾ ਸਾਗੀ ਬਾਬਾ ਹੈ ਘੋੜੇ ਦੀ ਵਾਗ ਪਕੜੀਸ ਖਿਆਮ ਵਿੱਚ ਘੋੜਾ ਟੋਰਸ ਘੋੜਾ ਨਹੀਂ ਤੁਰਦਾ ਵਧਾ ਅੱਬਾਸ ਦਾ ਜਨਾਜ਼ਾ ਤੁਰਦਾ ਵਧਾ ਏ ਕੋਈ ਆਦੀਏ ਬਰਬਾਦ ਮਦੀਨਾ ਕੋਈ ਆਦੀਏ ਹਾਏ ਅੱਬਾਸ ਜਿਹੜੇ ਵੇਲੇ ਮੇਰੀ ਸੈਣ ਪੂਰੇ ਖਿਆਮ ਕੋ ਪੂਰੇ ਖਿਆਮ ਦੇ ਵਿੱਚ ਅੱਬਾਸ ਦੇ ਘੋੜੇ ਦਾ ਚੱਕਰ ਲਵਾਇਆ ਏ ਅਖੀਰ ਤੇ ਆ ਗਿਆ ਖਿਆਮ ਦਾ ਦਰ ਮੇਰੀ ਸੈਣ ਹੱਕਲ ਮਾਰੀ ਉਹ ਕਰਬਲਾ ਲੀਆਂ ਸਯਾਦਾਦੀਆਂ ਇੱਕ ਦਫ਼ਾ ਸਾਰੀਆਂ ਮੈਡੋ ਦੇਖੋ ਸਾਰੀਆਂ ਸਹੀ ਆਜ਼ਾਦੀਆਂ ਡਿੱਠਾ ਮਲਕੇ ਸ਼ਾਮ ਅੱਬਾਸ ਦੇ ਘੋੜੇ ਦੀ ਵਾਗ ਚੋਂ ਹੱਥ ਚਾਇਆ ਮੇਰੀ ਸੈਣਾ ਦੀ ਮਤ ਇਹ ਸਮਝੋ ਜੋ ਮੈਂ ਅੱਬਾਸ ਦੇ ਘੋੜੇ ਦੀ ਵਾਗ ਚੋਂ ਹੱਥ ਚਾਇਆ ਅੱਬਾਸ ਦੇ ਘੋੜੇ ਦੀ ਵਾਗ ਚੋਂ ਹੱਥ ਨਹੀਂ ਚਾਇਆ ਤੁਹਾਡੇ ਪਰਦੇ ਦੀ ਜ਼ਮਾਨਤ ਚੋਂ ਹੱਥ ਚਾਇਆ ਮੇਰੀ ਸੈਣਾ ਦੀ ਹਰ ਕੋਈ ਆਪਣੇ ਪਰਦੇ ਦੀ ਆਪ ਵਾਰਿਸ ਹੈ ਮੇਰੇ ਪਰਦਿਆਂ ਦਾ ਜ਼ਮਾਨ ਤੁਰਿਆ ਵੈਂਦਾ ਹੈ ਮੇਰੀ ਸੈਣਾ ਦੀ ਮਨਗਾ ਦੀ ਤੁਰਿਆ ਵੈਂਦਾ ਹੈ ਹਰ ਕੋਈ ਆਪਣੇ ਪਰਦੇ ਦੀ ਆਪ ਵਾਰਿਸ ਮੇਰੀ ਸੈਣਾ ਦੀ ਆਜ ਤੋਂ ਬਾਅਦ ਹਰ ਕੋਈ ਆਪਣੇ ਪਰਦੇ ਦੀ ਆਪ ਵਾਰਿਸ ਮੇਰੇ ਪਰਦਿਆਂ ਦਾ ਜ਼ਾਮਿਨ ਤੁਰਿਆ ਵੈਂਦਾ ਹੈ ਸਕੀਨਾ ਡਿੱਠਾ ਹੈ ਜਲਦੀ ਦੇ ਨਾਲ ਉਠਾਈਏ ਜਿੱਥੇ 23-24 ਸਾਲ ਦਾ ਸਹੀ ਵਿਰਾ ਸੁੱਤਾ ਪਿਆ ਵਿਰਾ ਦਾ ਸਰ ਜੋਲੀਏ ਚ ਪਾਇਆ ਮੇਰੀ ਪਾਕ ਸਹਿਣ ਦੇ ਪਾਕ ਆਸੂ ਮੇਰੇ ਪਾਕ ਇਮਾਮ ਦੇ ਚਿਹਰੇ ਤੇ ਆਏ ਸਜਾ ਦੀਆ ਖੁੱਲੀਏ ਵਰਮੈਦਨ ਸਕੀਨਾ ਯਤੀਮ ਹੋ ਗਈ ਏ ਬਾਬਾ ਮਾਰਾ ਗਿਆ ਏ ਨਹੀਂ ਸਜਾਦ ਬਿਰਾ ਤੱਕ ਨਿੰਦਰ ਯਾਦ ਏ ਜਲਦੀ ਆ ਫੁੱਫੀਆਂ ਦੇ ਵਾਲ ਖੁੱਲ ਗਏ ਨੀ ਚਾਚਾ ਬਾਸ ਟੁਰਿਆ ਵੇ ਨਹੀਂ ਬਾਬੇ ਦੀ ਕਮਰ ਪੈ ਤਰੁੱਟਦੀ ਆਈ ਅੱਬਾਸ ਦਾ ਘੋੜਾ ਟੁਰਾ ਏ 16-17 ਕਦਮ ਤੇ ਅੱਬਾਸ ਦਾ ਘੋੜਾ ਕੀ ਹੈ ਫਜ਼ਲ ਦੀ ਅਕਲ ਆਈ ਹੈ ਬਾਬਾ ਇੱਕ ਵਾਰੀ ਰੁਕ ਵੰਜ ਅੱਬਾਸ ਮੋੜ ਕੇ ਡਿੱਠਾ ਏ ਫਜ਼ਲ ਦੌੜਦਾ ਆਉਂਦਾ ਹੈ ਫਜ਼ਲ ਦੀਆਂ ਜ਼ੁਲਫਾਂ ਹਵਾ 'ਚ ਲਹਿਰਾਉਂਦੀਆਂ ਆਉਂਦੀਆਂ ਅੱਬਾਸ ਦਾ ਫਜ਼ਲ ਬਚੜਾ ਬਹੁ ਔਖੀ ਇਜਾਜ਼ਤ ਗਿਨੀ ਹੁਣ ਕਿਉਂ ਰੁਕੇ ਨਾ ਫਜ਼ਲ ਦਾ ਬਾਬਾ ਮੈਂ ਕਨਾ ਦਾ ਲੜਚਾ ਨਾ ਜ਼ਰਾ ਖੈਮੇ ਦੀ ਮੰਜ਼ਲ ਦੇਖ ਬਾਬਾ ਤੇਰੇ ਤੁਰਨ ਦੀ ਦੇਰ ਪਈ ਹੈ ਜ਼ੈਨਬ ਵੀ ਮਰ ਗਈ ਹੈ ਹੁਸੈਨ ਵੀ ਮਰ ਗਿਆ ਹੈ ਦੋਵੇਂ ਭੇੜ ਭਿਰਾ ਇੱਕ ਮੈਂ ਦੇ ਗੱਲ 'ਚ ਬਾਈ ਬਾਈ ਬੈਠੀਆਂ ਨਜਬ ਤੋਂ ਦੇਖ ਕੇ ਆਦਣ ਬਾਬਾ ਲਈ ਸਾਗੂ ਗਾਦੀ ਛੋੜ ਕੇ ਤੁਰ ਗਏ ਮੈਂ ਨੌਕਰ ਟੁਰਨ ਦੀ ਦੇਰ ਪਈ ਨਬੀ ਮਰ ਗਈ ਹੁਸੈਨ ਹੀ ਮਰ ਗਿਆ ਤੂੰ ਫੇੜ ਮਿਰਾ ਇੱਕ ਮੈਂ ਤੇ ਗੱਲ ਚ ਬਾਈ ਪਏ ਬੈਠ ਨਜਬ ਤੋਂ ਦੇਖ ਕੇ ਦਿਨ ਬਾਬਾ ਲਈ ਸਾਗੂ ਗਾਦੀ ਛੋੜ ਕੇ ਤੁਰਿਆ ਵੈਂਦਾ ਦਰਿਆ ਦੇ ਕਿਨਾਰੇ ਤੇ ਆਇਆ ਹੈ ਦਰਿਆ ਦਾ ਕਿਨਾਰਾ ਸਾਫ਼ ਕੀਤਾ ਛੜਾ ਨੇਜ਼ਾਇਸ ਦਰਿਆ ਦੇ ਕਿਨਾਰੇ ਤੇ ਘੋੜੇ ਦੀ ਵਾਗ ਛੋੜ ਕੇ ਦਿਨ ਘੋੜਾ ਪਾਣੀ ਪੀ ਘੋੜਾ ਚੁੱਪ ਕਰਕੇ ਖੜੇ ਅੱਬਾਸ ਦੂਜੀ ਦਫ਼ਾ ਦਾ ਘੋੜਾ ਪਾਣੀ ਪੀ ਘੋੜਾ ਦਾ ਪਹਿਲੇ ਮੈਡੀਸੀਨ ਤੂੰ ਲਵੋ
ਅੱਬਾ ਸਦਾ ਘੋੜਾ ਮੇਰੇ ਵਜ਼ਨ ਦੀ ਵਜ੍ਹਾ ਤੂੰ ਪਾਣੀ ਨੂੰ ਪੀ ਸਕਦਾ। ਘੋੜਾ ਦਾ ਮੇਰੀ ਗਰਜ਼ ਇਹ ਪਹਿਲੇ ਤੁਸਾਂ ਪਾਣੀ ਪੀਓ ਬਾਅਦ ਚ ਮੈਂ ਪੀਸਾ। ਅੱਬਾ ਸਦਾ ਮੈਂ ਕਿਵੇਂ ਪੀਵਾ ਮੇਰੀ ਸੈਣ ਜ਼ੈਨਬ ਤਸੀਏ ਮੇਰਾ ਸਰਦਾਰ ਹੁਸੈਨ ਤਸਾ ਮੇਰੇ ਸਰਦਾਰ ਦੀ ਧੀ ਖਾਲੀ ਜਾਮ ਚਾਈ ਵਧੀਏ। ਘੋੜਾ ਦਾ ਵਾ ਤੁਸਾਂ ਨਹੀਂ ਪੀਵਣਾ ਤਾਂ ਮੈਂ ਵੀ ਨਾ ਪੀਂਦਾ। ਮਸ਼ਕੀ ਦਾ ਬਰਸ ਘੋੜੇ ਤੇ ਸਵਾਰ ਹੋਏ ਘੋੜੇ ਦੀ ਗਰਦਨ ਤੇ ਥਪਕੀ ਮਾਰਿਸ ਥਪਕੀ ਮਾਰ ਕੇ ਦਾ ਯਾਦ ਰੱਖੇ ਅਗਰ ਮਸ਼ਕੀ ਦਾ ਮਹਫੂਜ਼ ਹੋਵੇ ਤਾਂ ਮੈਂ ਕੋਈ ਖਿਆਮ ਗਿਣ ਵੰਜੇ। ਮਸ਼ਕੀ ਦਾ ਮਹਫੂਜ਼ ਨਾ ਹੋਵੇ ਖਿਆਮ ਹੀ ਨਾ ਗਿਣ ਵੰਜੇ ਦੂਰ ਹੀ ਨਾ ਲਾਵੇ ਅੱਗੇ ਅਕਬਰ ਦੀ ਮੌਤ ਦਾ ਥੱਕ ਹੋਇਆ ਹੈ ਹੁਣ ਮੇਰੇ ਸਰਦਾਰ ਕੋ ਜ਼ਿਆਦਾ ਮੇਰੀ ਵਜ੍ਹਾ ਤੂੰ ਨਾ ਟੁਰਨਾ ਪਵੇ। ਉਮਰ ਇਬਨ ਸਾਦ ਮਲਾਉਂ ਨੇ ਐਲਾਨ ਕੀਤਾ ਹੈ ਅਗਰ ਅੱਬਾਸ ਦਾ ਮਸ਼ਕੀ ਦਾ ਖਿਆਮ ਪਹੁੰਚ ਗਿਆ ਅਸਾਂ ਇੱਕ ਆਸ਼ਮੀ ਦਾ ਮੁਕਾਬਲਾ ਨਹੀਂ ਕਰ ਸਕਦੇ। ਇਹ ਉਹ ਜਵਾਨ ਨਹੀਂ ਅਲੀ ਦੀ ਤਾਕਤ ਲੈ ਸਾਰੇ ਮਿਲੋ ਤੀਰ ਅੰਦਾਜ਼ ਤੀਰ ਚਲਾਓ ਨੇਜ਼ੇ ਵਾਲੇ ਨੇਜ਼ੇ ਚਾਓ ਤਲਵਾਰ ਵਾਲੇ ਤਲਵਾਰਾਂ ਚਾਓ ਘੋੜੇ ਸਵਾਰ ਘੋੜਿਆਂ ਤੇ ਸਵਾਰ ਹੋਵੋ। ਇਹ ਅਲੀ ਦਾ ਸ਼ੇਰ ਪੁੱਤਰੇ ਲੜਦਾ ਵੱਧਾ ਏ ਮੈਦਾਨ ਚ ਆਇਆ ਏ ਕਈ ਵੇਲੇ ਕਈ ਟਿੱਬੇ ਤੋਂ ਆਵਾਜ਼ ਆਉਂਦੀ ਅੱਲਾਹੁ ਅਕਬਰ ਕਈ ਵੇਲੇ ਕਈ ਟਿੱਬੇ ਤੋਂ ਆਵਾਜ਼ ਆਉਂਦੀ ਅੱਲਾਹੁ ਅਕਬਰ। ਹੁਸੈਨ ਆਦਾ ਅਜਾ ਲੜਦਾ ਵੱਧਾ ਏ ਲੜਦਾ ਵੱਧਾ ਅੱਬਾਸ ਇੱਕ ਮਹੀਨੇ ਤੀਰ ਮਾਰਾ ਏ ਜਿਹੜੇ ਪੁਰਾਣੇ ਆਜ਼ਾਦਾਰ ਬੈਠੇ ਹੋ ਜਿਹੜੇ ਬਜ਼ੁਰਗਾਂ ਦੇ ਸੁਣਨ ਵਾਲੇ ਬੈਠੇ ਹੋ ਤੀਰ ਅਲੀ ਦੀ ਤਸਵੀਰ ਦੀ ਅੱਖ ਚ ਲੱਗਾ ਹੈ ਅੱਗ ਜ਼ਖਮੀ ਹੋਈਏ ਜੈਨਬ ਵੇਖਣ ਵਕਤ ਸਿਦਗੀ ਆਈ ਮੈਂ ਉਹ ਤੁਹਾਨੂੰ ਸੁਣਾਵਣਾ ਹੈ ਜਿਵੇਂ ਮੇਰੇ ਦਾਦੇ ਹੋਰਾਂ ਪੜ੍ਹਦੇ ਆਏ ਉਹ ਫਰਮਾਉਂਦੇ ਆਏ ਤੀਰ ਪਹਿਲੇ ਲੱਗਾ ਬਾਜ਼ੂ ਪਿੱਛੇ ਕਲਮ ਹੋਏ ਇਹਦਾ ਪਿਆਰ ਆ ਇਸ ਮਸ਼ਕ ਨਾਲ ਭਾਵੇਂ ਤੀਰ ਲੱਗੋ ਆਈ ਤੀਰ ਦਾ ਖਿਆਲ ਨਿਸ ਕੀਤਾ ਮਸ਼ਕ ਮਹਿਫੂਜ਼ ਰੱਖਾ ਇਸ ਲੜਦਾ ਵਧਾਈ ਇਹ ਕਮੀ ਨੇ ਦੋਖਾ ਕੀਤਾ ਅਦਾ ਅੱਬਾਸ ਲੜਦਾ ਵਧਾ ਖਿਆਮ ਦੋ ਫੌਜ ਟੁਰ ਗਈ ਮੁੜ ਕੇ ਡਿੱਟਾ ਦੀਵਾਰ ਕੀਤਾ ਅੱਬਾਸ ਦਾ ਸੱਜਾ ਬਾਜ਼ੂ ਕਲਮ ਹੋਏ ਵੱਧ ਲੜਨਾ ਸ਼ੁਰੂ ਕੀਤਾ ਦੂਜਾ ਕਮੀਨਾ ਦਾ ਲੜਦਾ ਵਧਾ ਖੇਮਿਆਂ ਕੁਤਾਗ ਲੱਗ ਗਈ ਏ ਅੱਬਾਸ ਮੁੜ ਕੇ ਡਿੱਟਾ ਵਾਰ ਕੀਤਾ ਅੱਬਾਸ ਦਾ ਖੱਬਾ ਬਾਜ਼ੂ ਕਲਮ ਹੋਏ ਮਸ਼ਾ ਕੁਸੀ ਨੇ ਤਲੜ ਦਿੱਤਾ ਇਤਨੇ ਤੱਕ ਕਮੀ ਨੇ ਤੀਰ ਮਾਰਾ ਜਿਹੜਾ ਮਸ਼ਾ ਕਜ ਲੱਗੇ ਮਸ਼ਾ ਕਜ ਨਹੀਂ ਲੱਗਾ ਅੱਬਾਸ ਖਿਆ ਮਲਿਆ ਸਜ ਲੱਗਾ ਪਾਣੀ ਵਾਂਦਰੀ ਆਏ ਅੱਬਾਸ ਦੇ ਦਰੀ ਆਏ ਸੈਦਾ ਦਾ ਗੋੜਾ ਖਿਆ ਮਲਿਆ ਦਿਲ ਤੂੰ ਬੁਲਾ ਛੋੜ ਮੈਂ ਕੋ ਖਿਆਮ ਲੱਗਣ ਵੰਜੇ ਮੈਂ ਹੁਸੈਨ ਦੀ ਧੀ ਦੇ ਨਾਲ ਵਾਅਦਾ ਕਰ ਆਏ ਮੈਂ ਆਖਾਈ ਬਾਣੀ ਹੋਇਆ ਤਾਂ ਮੈਂ ਆਸਾ ਮੈਂ ਗੁਲਾਵਣ ਦੀ ਕੋਸ਼ਿਸ਼ ਕਰ ਅੱਬਾਸ ਦੇ ਬਾਜ਼ੂ ਤਾਂ ਐਨ ਕੋਈ ਨਾ ਹੁਣ ਮਸ਼ਕ ਵਾਲੀ ਆਸ ਤਾਂ ਖਤਮ ਹੋ ਗਈ ਹੈ ਅੱਬਾਸ ਤੀਰ ਕੱਢਣ ਦੀ ਕੋਸ਼ਿਸ਼ ਕੀਤੀ ਏ ਸੱਤਰ ਝਟਕਾ ਦਿੱਤਾ ਅੱਬਾਸ ਸਾਰ ਕੋ ਜੋ ਤੀਰ ਡਹਿ ਪਵੇ ਤੀਰ ਨਹੀਂ ਡੱਠਾ ਬਾਜ਼ੂ ਜੋ ਕੋਈ ਨਾ ਘੋੜੇ ਦੀ ਨੀਂਦ
ਦੇ ਨਾਲ ਤੀਰ ਕੁਲਾਇਆ ਸਾ ਆਪਣੇ ਜਾਨੂ ਦੇ ਨਾਲ ਤੀਰ ਛਿੱਕਾ ਸਾ ਆਵਾਜ਼ ਜਿਗਰ ਦੇ ਅੱਗੇ ਅਖਬਾਰ ਦੇ ਜਿਗਰ ਚ ਬੱਛੀ ਛਿੱਕੀ ਹੁਣ ਮੇਰੇ ਸਰਦਾਰ ਕੋ ਤੀਰ ਨਾ ਛਿੱਕਣਾ ਪਵੇ ਓ ਅਖਬਾਰ ਦੀ ਮਾਂ ਦਮਕੇ ਮੇਰੀ ਅੱਗ ਜੋ ਤੀਰ ਨਾ ਛਿੱਕਣਾ ਪਵੇ ਬਤੂਲ ਦਾ ਪੁੱਤਰੇ ਇਤਨੇ ਤੱਕ ਕਮੀਨੇ ਗੋਲ ਮਾਰੇ ਅਬਾਜ਼ੀਨ ਤੂੰ ਜ਼ਮੀਨ ਤੇ ਆਇਆ ਹੈ ਹੱਕਲ ਮਾਰ ਕੇ ਦਾ ਸਰਦਾਰ ਫਰ ਸਕਦਾ ਹੈ ਤਾਂ ਨੌਕਰ ਕੋ ਆਖਰੀ ਜ਼ਿਆਰਤ ਕਰਵਾ ਸਕੀਨਾ ਬਾਬੇ ਕੋਲ ਆਈਏ ਬਾਬਾ ਮੇਰੇ ਚਾਚੇ ਦੇ ਕਿਹੜੇ ਹਾਲ ਹੈ ਮੇਰੇ ਇਮਾਮ ਸਕੀਨਾ ਕੁਚਾਇਆ ਸਕੀਨਾ ਡਿੱਠਾ 9 ਲੱਖ ਦੀ ਫੌਜ ਕੋਈ ਤੀਰ ਮਰੇਂਦਾ ਹੈ ਕੋਈ ਪੱਥਰ ਮਰੇਂਦਾ ਹੈ ਅਦੇ ਮੈਂ ਕੁਲਹਾ ਮੇਰੇ ਚਾਚੇ ਦਵਾਜ ਮੇਰੇ ਚਾਚੇ ਪਿਓ ਕੀ ਬਣ ਗਈ ਅਦੇ ਮੈਂ ਕੁਲਹਾ ਮੇਰੇ ਚਾਚੇ ਪਿਓ ਕੀ ਬਣ ਗਈ ਤੁਰੇ ਮੇਰਾ ਇਮਾਮ 130 ਦਫਾ ਜੜੇ ਮੇਰਾ ਇਮਾਮ ਅਬਾਸ ਆ ਕੇ ਜਾਣ ਪਾਉਂਦਾ ਏ ਯਾਲੀ ਆ ਕੇ ਉੱਠੀ ਖੜਦਾ ਅਦੇ ਅਬਾਸ ਤੂੰ ਜਵਨ ਮੈਂ ਕੁੜਾ ਸਾ ਮੈਂ ਜ਼ੈਨਬ ਕੋ ਕਿਨ ਘਰ ਵੰਜਾ ਇਹ ਕਮੀਨਿਆਂ ਦੀਆਂ ਫੌਜਾਂ ਨੇ ਜ਼ਹਰਾ ਦਿੱਤੀ ਏ ਅਦੇ ਮੈਂ ਕੁੜਾ ਸਿਆ ਮੈਂ ਜ਼ੈਨਬ ਕੋ ਕਿਨ ਘਰ ਵੰਜਾ ਉੱਠਦਾ ਝੜਦਾ ਬਹਿੰਦਾ ਮੇਰੇ ਇਮਾਮ ਅਬਾਸ ਕੋਲ ਪਹੁੰਚਾ ਮੇਰੇ ਇਮਾਮ ਦੇ ਕਦਮਾਂ ਦੀ ਆਹਟ ਅਬਾਸ ਦੇ ਕੰਨਾਂ ਤੇ ਪਹੁੰਚੀ ਅਬਾਸ ਸਮਝਾਏ ਕੋਈ ਸਿਪਾਹੀ ਮੇਰਾ ਸਰ ਕਲਮ ਕਰੇ ਅਦਾ ਬੰਦਾ ਲਦਾ ਮੇਰਾ ਸਰ ਕਲਮ ਨ ਕਰੇ ਮਤਾ ਕਾ ਸੌਖਾ ਮੇਰਾ ਮੁਰਸ਼ਦਾਂ ਦਾ ਹੋਵੇ ਮੈਂ ਸਰਦਾਰ ਦੀ ਜ਼ਿਆਰਤ ਕਰਨੀ ਏ ਇਨਾਮ ਦਾ ਲਾਲਾ ਚੇਤਾ ਟਿੱਬੇ ਦੀ ਗੇੜ ਨਾਲ ਵੰਜਬਾਓ ਜਿਹੜੇ ਵੇਲੇ ਮੈਂ ਸਰਦਾਰ ਦੀ ਜ਼ਿਆਰਤ ਕਰ ਗਿੰਨਾ ਵੱਧ ਲੱਗਿਆ ਵੇ ਮੇਰਾ ਸਰ ਕਲਮ ਕਰ ਗਿੰਨੇ ਸੈਦ ਦਊ ਗਰੀਬ ਮਾਇਆ ਜ਼ੈਨਬ ਦਾ ਵੀਰ ਮਾਇਆ ਸੈਦ ਅਕਬਰ ਦਾ ਬਾਬਾ ਮਾਇਆ ਸਕੀਨਾ ਦਾ ਬਾਬਾ ਮਾਇਆ ਇੱਕ ਅੱਖ ਚ ਤੀਰ ਲੱਗੋ ਆਈ ਦੂਜੀ ਅੱਖ ਚ ਖੂਨ ਤੇ ਰੇਤ ਸੈਦਾ ਦੇ ਅਬਾਸ ਮੇਰੇ ਨਾਨੇ ਦਾ ਹੁਕਮ ਏ ਗੁਰਬਤ ਵੇਲੇ ਮਜ਼ਦੂਰੀ ਵਾਜਬ ਹੁੰਦੀ ਏ ਮੈਂ ਮਜ਼ਦੂਰੀ ਕਰੇ ਨਾ ਵਧ ਜੋ ਮੈਂ ਮੰਗਾ ਮੈਂ ਕੁਡੇਵੇਂ ਗਾਜ਼ੀਆਂ ਦਾ ਨੌਕਰ ਦੀ ਕਿਆ ਜ਼ਰੂਰਤ ਏ ਜੋ ਸਰਦਾਰ ਕੋ ਕੁਝ ਦੇਵੇ ਅਦਾਨੀ ਵੀ ਸੁਜਾਤਾ ਤਾਂ ਨਾਨੇ ਦੀ ਉਮਤ ਮੈਂ ਤਾਂ ਜਾਣਦਾ ਤੂੰ ਕਹਿਣਾ ਤਾਂ ਅਮੀਰ ਹੁਸੈਨ ਏ ਹੁਸੈਨ ਦੇ ਤੜੀ ਅੱਖ ਚ ਖੂਨ ਤੇਰੇ ਤੇ ਇਹ ਮੈਂ ਸਾਫ ਕਰੇ ਨਾ ਵਤ ਮੈਂ ਜੋ ਮੰਗਾ ਮੈਂ ਕੁੜੇ ਹੁਸੈਨ ਅਬਾਸ ਦਾ ਸਰ ਝੋਲੀਏ ਚ ਪਾਇਆ ਹੁਸੈਨ ਜੈ ਬਿਰਾ ਦੀ ਝੋਲੀਏ ਅਬਾਸ ਦਾ ਬਿਰਾ ਦਾ ਸਾਰੇ ਮੈਂ ਨਹੀਂ ਮਾਮ ਬੱਟੀ ਹੋਈ ਅਬਾਦ ਨਾਲ ਅਬਾਸ ਦੀ ਅੱਖ ਚ ਖੂਨ ਤੇਰੇ ਸਾਫ ਕੀਤਾ ਅਬਾਸ ਦਾ ਮਨ ਗਿਆ ਵਾਕਿਆ ਗਰੀਬ ਹੋ ਗਈਆ ਹੁਸੈਨ ਦਾ ਕਿਵੇਂ ਪਤਾ ਲੱਗਈ ਅਬ ਅਕਬਰ ਕੋਲ ਗਿਆ ਦਾੜੀ ਸਫੈਦ ਹੋ ਗਈ ਹੁਣ ਕਮਰ ਜੁਗ ਗਈ ਵੱਡਾ ਗਰੀਬ ਹੋ ਗਈ ਅਦੇ ਬਣ ਗਈ ਵਾਕਿਆ ਗਰੀਬ ਹੋ ਗਈ ਹੁਸੈਨ ਅਦਾ ਹੁਣ ਮੈਂ ਕੋਈ ਯਕੀਨ ਹੋ ਗਿਆ ਹੈ ਮੇਰੀ ਗੁਰਬਤ ਤੇਰੀ ਦੀਦ ਪੈ ਗਈ ਮੇਰੀ ਕਮਰ ਟੁੱਟੀ ਹੋਈ ਡੇਗਦੀ ਆਈ ਮੇਰੀ ਚਿੱਟੀ ਦਾੜੀ ਵੀ ਡੇਗਦੀ ਆਈ ਹੁਣ ਮੇਰੀ ਮਜ਼ਦੂਰੀ ਦੇ
ਅਬਾਸ ਦਾ ਹੁਕਮ ਕਰ, ਹੁਸੈਨ ਦਾ ਇੱਕ ਵਾਰੀ ਮੈਂ ਇੱਕ ਬਿਰਾ ਛੱਡ ਜਾ, ਅਬਾਸ ਦਾ ਬਿਰਾ ਛੱਡੀ ਤਾ ਜ਼ੈਨਬ ਤੇ ਕਲਸੂਮ, ਬਿਰਾ ਛੱਡੀ ਤਾ ਹਸਨ ਛੱਡੀ, ਮੈਂ ਤਾ ਤੇਰਾ ਨਾ ਕਰਾਂ। ਅਬਾਸ ਦਾ ਬਿਰਾ ਛਡਾਉਣ ਹੋਈ ਆ ਤਾਂ ਮਦੀਨੇ ਨਸਿਓ ਵੀ ਆ, ਜਿਹੜੇ ਵੇਲੇ ਮੇਰੀ ਮਾਂ ਉਮਰ ਬਣੀ ਤੇਰੇ ਨਾਨੇ ਦੀ ਮਿਜ਼ਾਜ ਤੇ ਹੱਥ ਰੱਖਵਾਈ, ਮੈਂ ਕੁਆ ਗੱਲ ਯਾਦ ਰੱਖੇ, ਹੁਸੈਨ ਦੀ ਬਰਾਬਰੀ ਨਾ ਕਰੇ, ਇਹ ਹੁਸੈਨ ਦਾ ਪੁੱਤਰ ਨਾ ਤੂੰ ਬਾਨੀ ਦਾ ਪੁੱਤਰ, ਹੁਸੈਨ ਦਾ ਮਨੇ ਨਾ ਤਮਾਈ ਥਾਈ ਛਡਾ ਦੇਵਾ। ਟਿੱਬੇ ਦੀ ਗੇੜ ਨਾਲੋਂ ਆਵਾਜ਼ ਆਈ, ਮੈਂ ਜਾਮੇ ਨਾ ਅਬਾਸ ਦਾ ਤੂੰ ਕੌਣ ਏ, ਬੀਬੀ ਅਜੇ ਨਹੀਂ ਵੀ ਸੁਝਾਤਾ, ਮੈਂ ਤੇਰੀ ਖਾਲੀ ਵਾਲੀ ਮਾਂ, ਕੱਲ ਜੰਨਤ ਅਲ ਬਕੀਏ ਚ ਮੈਂ ਕਿ ਤੇਰੀ ਮਾਂ ਉਮਰ ਬਨੀਨ ਦੇ ਨਾਲ ਸੌਦਾ ਕੀਤਾ ਹੈ, ਕੱਲ ਤੂੰ ਅਸਾਂ ਨੂੰ ਹੁਸੈਨ ਉਮਰ ਬਨੀਨ ਦੇ ਪੁੱਤਰ, ਜ਼ੈਨਬ ਤੇ ਕਲਸੂਮ ਉਮਰ ਬਨੀਨ ਦੀਆਂ ਧੀਆਂ, ਤੂੰ ਅਬਾਸ ਮੇਰਾ ਪੁੱਤਰ, ਰੁਕਈਆ ਮੇਰੀ ਧੀ, ਬੀਬੀ ਅਜੇ ਖਾਲੀ ਵਾਲੀ ਮਾਂ, ਮਿੰਨਤ ਕਰੇ ਨੀਆ ਪੁੱਤਰਾ ਮਾਇਆ ਫਿਰਾਈ, ਅਜੇ ਮਨ ਚਾ ਤਨਵਾਦੀ ਦੀ ਕਹਿ ਨਹੀਂ ਮਰਨੀ, ਬੀਬੀ ਅਜੇ ਮਨ ਜਾ ਤਨਵਾਦੀ ਦੀ ਕਹਿ ਨਹੀਂ ਮਰਨੀ, ਯਾਦੀ ਦਯਾ ਮੇਰਾ ਕਰਬਲਾ ਦਾ ਮਜ਼ਲੂਮ ਵੀਰ, ਅਦਯਾ ਪੁੱਤਰਾ ਮੋਇਆ ਫਿਰਾ, ਅਬਾਸ ਦਾ ਕਿਤਣੀ ਦਫਾ ਫਿਰਾ ਛੱਡਾ, ਹੁਸੈਨ ਦਾ ਜਿਤਣੇ ਤੜੇ ਸਾਇਨ ਸੱਦੀ ਰੱਖ, ਨੌ ਦਫਾ ਅਬਾਸ ਹੁਸੈਨ ਕੋ ਫਿਰਾ ਛੱਡਾ, ਨੌਵੀਂ ਦਫਾ ਛੱਡੇ ਦਾ ਪਿਆਈ, ਮੇਰੇ ਇਮਾਮ ਅਬਾਸ ਦੇ ਮੂੰਹ ਤੇ ਹੱਥ ਦਿੱਤਾ ਤਾਂ ਹੁਣ ਨਾ ਛੱਡੇ, ਅਬਾਸ ਦਾ ਪਹਿਲੇ ਆਪ ਫਰਮਾਇਆ ਨੇ ਸੱਦੀ ਰੱਖ, ਹੁਣ ਕਿਉਂ ਰੁਕੇ ਨਹੀਂ, ਸਯਦਾ ਦਾ ਤੇਰਾ ਸਰ ਚੈਨਾ ਜ਼ਰਾ ਕਨਾ ਤੋਂ ਦੇਖ, ਹੁਸੈਨ ਅਬਾਸ ਦਾ ਸਰ ਚਾਇਆ, ਲੈਣਾ ਬਾਦੀਏ ਮੈਂ ਕੁਬੇੜ ਛੱਡ ਜਾ, ਓ ਮੈਂ ਸ਼ਾਮ ਦੀ ਕਦਣਾ, ਓ ਤੁਸਾਂ ਤੁਰੇ ਵਾਲਾ ਮੈਂ ਸ਼ਾਮ ਵਜਣਾ, ਗਾਲੀਆ ਦਇਆ ਮੇਰੀ ਸ਼ਾਮ ਦੀ ਕਦਣ ਵੇ, ਅੱਜ ਮੈਂ ਸ਼ਾਮ ਦੀ ਕਦਣਾ, ਮੇਰੀ ਔਲਾਦ ਮੱਕ ਗਈ ਏ, ਅਜੇ ਮੈਂ ਕੁਬੇੜ ਛੱਡ ਜਾ, ਇਹ ਅਬਾਸ ਦਾ ਲਾਵੇ, ਅਜੇ ਮੈਂ ਕੁਬੇੜ ਛੱਡ ਜਾ, ਅਬਾਸ ਦੀ ਸਾਰੀ ਜ਼ਿੰਦਗੀ ਵਿੱਚ ਤਾਰੀਖ ਰਹੀ, ਰਹਿ ਤੁਰ ਮਹਿਫੂਜ਼ ਸਕੀਨਾ ਦੇਵਾ, ਮਹਿਫੂਜ਼ ਰਹੀ ਤਤਹੀਰ, ਉਹ ਜਦਾਂ ਹੱਥ ਕਟਵਾ ਕੇ ਅਲੀ ਨੂੰ ਤੂੰ ਲੱਥਾ ਵੇੜ ਦਜ਼ਾਮੇ ਨਵੀਰੇ, ਇਸਲਾਮ ਦੀ ਪੋਤਰੀ ਪਾਇਆ ਹੱਥ ਕੜੀਆਂ, ਰਹੀ ਸ਼ਾਮ ਜਿਸਾਲ ਅਸ ਮਾਤਾ ਹੁਸੈਨ, ਅਬਾਸ ਦੇ ਅੱਲਾ ਅਬਾਸ ਦੀ ਸਾਰੀ ਜ਼ਿੰਦਗੀ ਵਿੱਚ ਤਕਦੀਰ ਰਹੀ, ਖਾਮੋਸ਼ ਰਹਿ ਦੁਰ ਮਹਿਫੂਜ਼ ਸਕੀਨਾ ਦੇਵਾ, ਮਹਿਫੂਜ਼ ਰਹੀ ਤਤਹੀਰ, ਜਦਾਂ ਹੱਥ ਕਟਵਾ ਕੇ ਰੀਨ ਉਤੋਂ ਲੱਥਾ ਫੇਰ ਨਜ਼ਰ, ਮੈਂ ਨਵੀਂ ਇਸਲਾਮ ਦੀ ਪਾਦਰੀ, ਆਇਆ ਬਾਸ ਆਇਆ ਬਾਸ
Bye.
Thank you.
See you.
Oh!